ਜੋ ਤੁਸੀਂ ਫੋਟੋ ਦੇਖ ਰਹੇ ਹੋ ਇਸ ਕੁੜੀ ਦੀ ਕੁੜੀ ਸੀ ਪਰ ਹੁਣ ਇਹ ਕੁੜੀ ਨਹੀਂ ਰਹੀ ਤੇ ਨਾਲ ਹੀ ਤੁਸੀਂ ਸੱਜੇ ਪਾਸੇ ਦੇਖ ਰਹੇ ਹੋ ਇਹ ਟਰੰਪ ਸਾਹਿਬ ਨੇ ਪਿੰਕ ਟਾਈ ਲਾਈ ਹੋਈ ਹੈ ਤੇ ਇਹ ਕਹਿੰਦੇ 93 ਦੇ ਵਿੱਚ 1993 ਦੇ ਵਿੱਚ ਟਰੰਪ ਨੇ ਮੈਨੂੰ ਛੇੜਤਾ ਸੀਗਾ ਤੇ ਮੈਂ ਤਾਂ ਹੁਣ ਇਲੈਕਸ਼ਨ 2024 ਦੇ ਆ ਗਏ ਇੰਨੇ ਟਾਈਮ ਬਾਅਦ ਕੀ ਭੁੱਲ ਭੁੱਲ ਗਏ ਸੀਗੇ ਤੇ ਹੁਣ ਜਾਦਾ ਗਿਆ ਇਹਨਾਂ ਨੂੰ ਹੰਡੀ ਬ੍ਰਾਡਸਪ ਬ ਡੋਨਲਡ ਟਰੰਪ ਹੋਰਾਂ ਦੇ ਕਾਫੀ ਸਾਰੇ ਇਹੋ ਜਿਹੇ ਮਾਮਲੇ ਜਾਂ ਕਹਿ ਲਈਏ ਕਿ ਕਾਫੀ ਸਾਰੇ ਇਹੋ ਜਿਹੇ ਦੋਸ਼ ਹੁਣ ਨਿਕਲ ਰਹੇ ਆ ਜਿਵੇਂ ਜਿਵੇਂ ਇਲੈਕਸ਼ਨ ਸਿਰ ਤੇ ਆ ਰਿਹਾ ਸੋ ਹੁਣ ਇੱਕ ਹੋਰ ਕੁੜੀ ਕੁੜੀ ਜਿਹੜੀ ਹੁੰਦੀ ਸੀ ਹੁਣ ਇਸ ਵੇਲੇ ਇਹ ਲੇਡੀ ਐ ਇਹਨੇ ਦੋਸ਼ ਲਾ ਦਿੱਤੇ ਐ ਜਿਵੇਂ ਜਿਵੇਂ ਅਮਰੀਕਾ ਦੀਆਂ ਪ੍ਰੈਜ਼ੀਡੈਂਸ਼ੀਅਲ ਚੋਣਾਂ ਦੇ ਵਿੱਚ ਸਮਾਂ ਘਟ ਬਚਿਆ ਉਵੇਂ-ਉਵੇਂ ਇਹੋ ਜਿਹਾ ਕੁਝ ਹੁਣ ਬਾਹਰ ਆ ਰਿਹਾ ਓਹ ਇਹ ਬ੍ਰਾਡਸਪ ਸਾਬਕਾ ਮਾਡਲ ਰਹੀ ਐ ਕਿਸੇ ਜ਼ਮਾਨੇ ਦੇ ਵਿੱਚ ਇਹ ਮਾਡਲਿੰਗ ਕਰਦੀ ਰਹੀ ਐ ਇਸ ਮਾਡਲ ਨੇ 1993 ਦਾ ਇੱਕ ਕਿੱਸਾ ਸਾਂਝਾ ਕਰ ਦਿੱਤਾ ਇਹ ਵੀ ਕਹਿ ਕੇ ਮੈਨੂੰ ਮਾੜਾ ਮਹਿਸੂਸ ਹੋ ਰਿਹਾ ਉਸ ਸਮੇਂ ਨੂੰ ਯਾਦ ਕਰਕੇ ਵੀ 90s ਦੇ ਦਹਾਕੇ ਦੇ ਵਿੱਚ 90s ਦੇ ਡੈਕੇਡ ਦੇ ਵਿੱਚ ਇਹ ਇੱਕ professionel ਮਾਡਲ ਦੇ ਤੌਰ ਤੇ ਕੰਮ ਕਰਦੀ ਰਹੀ ਹੈ ਇਸ ਲੇਡੀ ਦਾ ਨਾਮ ਸਟੈਸੀ ਵਿਲੀਅਮਸ ਦੱਸਿਆ ਜਾ ਰਿਹਾ ਇੱਕ ਬ੍ਰਾਟਸਬ ਕ੍ਰਿਮੀਨਲ ਬੰਦਾ ਸੀਗਾ ਜ਼ੈਫਰੀ ਐਬਸਟੀਨ ਉਦੇ ਨਾਲ ਇਹਦੇ ਸਬੰਧ ਰਹੇ ਹੈ ਉਹ ਬੰਦਾ ਬਾਅਦ ਵਿੱਚ ਮੜੇ ਕਰਤੂਤਨ ਦੇ ਕਰਕੇ ਉਹਨੂੰ ਜੇਲ੍ਹ ਯਾਤਰਾ ਕਰਨੀ ਪਈ ਤੇ ਫਿਰ ਉੱਥੇ ਉਸ ਬੰਦੇ ਨੇ ਜ਼ੈਫਰੀ ਐਪਸਟਿਨ ਨੇ 2019 ਦੇ ਵਿੱਚ ਜੇਲ੍ਹ ਦੇ ਵਿੱਚ ਸੁਸਾਈਡ ਕਰ ਲਿਆ ਸੀਗਾ ਸੋ ਅੱਜ ਦੇ ਵੇਲੇ ਇਸ ਸਟੈਸੀ ਵਿਲੀਅਮਜ਼ ਨਾਮੀ ਔਰਤ ਦੀ ਉਮਰ 55 ਸਾਲ ਹੈਗੀ ਹੈ ਇਹ ਪੈਂਸਿਲਵੇਨੀਆ ਦੇ ਨਾਲ ਸਬੰਧਤ ਹੈਗੀ ਹੈ ਇਹ ਇੱਕ ਗਰੁੱਪ ਦੇ ਨਾਲ ਸਬੰਧਤ ਹੈ ਉਹ ਗਰੁੱਪ ਜਿਹੜਾ ਡੈਮੋਕ੍ਰੈਟਿਕ ਪਾਰਟੀ ਦੀ ਪਾਰਟੀ ਨੂੰ ਸਪੋਰਟ ਕਰਦਾ ਕਮਲਾ ਹੈਰਿਸ ਦਾ ਸਪੋਰਟਰ ਹੈਗਾ ਸੋ ਇਸ ਕੁੜੀ ਨੇ ਉਸ ਵੇਲੇ ਕੁੜੀ ਨੇ ਅੱਜ ਦੇ ਜਮਾਨੇ 56 ਸਾਲਾਂ ਦੀ ਔਰਤ ਨੇ ਇਹ ਦੋਸ਼ ਲਾਏ ਹੈ ਇਹ ਕਹਿੰਦੀ ਹੈ ਕਿ ਮੈਂ 1992 ਦੇ ਵਿੱਚ ਇੱਕ 크ਿਸਮਸ ਪਾਰਟੀ ਦੇ ਵਿੱਚ 트럼ਪ ਨੂੰ ਮਿਲੀ ਸੀਗੀ 트럼ਪ ਨੂੰ ਕਹਿੰਦੀ ਮਲਾਉਣ ਵਾਲਾ ਮੇਰਾ ਉਸ ਵੇਲੇ ਦਾ ਬੁਆਏਫਰੈਂਡ ਜੈਫਰੀ ਐਪਸਟੇਨ ਸੀਗਾ ਉਹਨੂੰ ਮੈਂ ਲੰਮੇ ਸਮੇਂ ਤੋਂ ਡੇਟ ਕਰ ਰਹੀ ਸੀ ਕਿ ਉਹਦੇ ਥਰੂ ਮੈਂ ਉਸ ਵੇਲੇ ਦੇ ਇੱਕ ਬਿਜ਼ਨਸਮੈਨ ਡੋਨਲਡ ਟਰੰਪ ਨੂੰ ਮਿਲੀ ਸੀ ਤੇ ਇਹਨੇ ਕਿਹਾ ਕਿ ਤੁਸੀਂ ਦੋਸਤੀ ਕਰੋ ਬਾਅਦ ਵਿੱਚ ਕੁਝ ਮਹੀਨਿਆਂ ਦੇ ਬਾਅਦ 1993 ਦੇ ਵਿੱਚ ਐਪਸਟੇਨ ਨੇ ਮੈਨੂੰ ਸੁਜੈਸਟ ਕੀਤਾ ਕਿ ਮੈਂ ਨਿਊਯਾਰਕ ਦੇ ਟਰੰਪ ਟਾਵਰ ਤੇ ਜਾ ਕੇ ਡੋਨਲਡ ਟਰੰਪ ਨੂੰ ਮਿਲਾਂ ਉਹ ਕਹਿੰਦੀ ਕਿ ਐਪਸਟੇਨ ਵੀ ਮੇਰੇ ਨਾਲ ਗਿਆ ਉੱਥੇ ਅਸੀਂ ਡੋਨਲਡ ਟਰੰਪ ਨੂੰ ਮਿਲੇ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਦੇ ਸਵਾਗਤ ਕਰਨ ਤੋਂ ਬਾਅਦ ਕਹਿੰਦੀ ਕੁਝ ਸਮਾਂ ਬਤਾਉਣ ਤੋਂ ਬਾਅਦ ਇਹ ਬੰਦਾ ਮੈਨੂੰ ਗਲਤ ਤਰੀਕੇ ਦੇ ਨਾਲ ਟੱਚ ਕਰਨ ਲੱਗਿਆ ਇਸ ਤਰੀਕੇ ਨਾਲ ਛੇੜਨ ਲੱਗਾ ਜਿਹੜਾ ਉਹਨੂੰ ਬਿਲਕੁਲ ਹੱਕ ਨਹੀਂ ਸੀ ਅਧਿਕਾਰ ਨਹੀਂ ਸੀ ਇਸ ਤੋਂ ਬਾਅਦ ਕਹਿੰਦੀ ਕਿ ਮੈਂ ਅਨਕੰਫਰਟੇਬਲ ਮਹਿਸੂਸ ਕੀਤਾ ਤੁਰੰਤ ਮੈਂ ਟਰੰਪ ਟਾਵਰ ਤੋਂ ਬਾਹਰ ਨਿਕਲੀ ਜਿਵੇਂ ਹੀ ਮੈਂ ਬਾਹਰ ਨਿਕਲੀ ਤਾਂ ਮੇਰਾ ਬॉयਫਰੈਂਡ ਐਪਸਟੇਨ ਮੇਰੇ ਤੇ ਗੁੱਸੇ ਹੋ ਗਿਆ ਕਹਿਣ ਲੱਗਿਆ ਕਿ ਤੂੰ ਟਰੰਪ ਨੂੰ ਇਜਾਜ਼ਤ ਕਿਉਂ ਨਹੀਂ ਦਿੱਤੀ ਇਸ ਤਰੀਕੇ ਨਾਲ ਟੱਚ ਕਰਨ ਦੀ ਸੋ اے ਬਰਾਟ ਸਾਬ ਇਹਨੇ ਕਟਣਾ ਦਸੀਏ ਉਸ ਤੋਂ ਬਾਅਦ ਕਹਿੰਦੀ ਕਿ ਮੈਂ ਐਪਸਟੇਨ ਦੇ ਨਾਲ ਵੀ ਆਪਣੇ ਜਿਹੜੇ ਰਿਸ਼ਤੇ ਨਾਤੇ ਐ ਉਹ ਤੋੜ ਲਏ ਕਿਉਂਕਿ ਇਹਨਾਂ ਬੰਦਿਆਂ ਦਾ ਇਹੋ ਜਿਹਾ ਇਹ ਇਹੋ ਜਿਹਾ ਇਹ ਆਪਸ ਦੇ ਵਿੱਚ ਟਵਿਸਟ ਗੇਮ ਚਲਾ ਕੇ ਇੱਕ ਦੂਜੇ ਦੇ ਨਾਲ ਸੈਟਿੰਗ ਕਰਕੇ ਇਹ ਲੋਕਾਂ ਨੂੰ ਸ਼ਿਕਾਰ ਬਣਾਉਂਦੇ ਸੀਗੇ ਇਹ ਕਹਿੰਦੀ ਕਿ ਉਹ ਸਮਾਂ ਜਦੋਂ ਮੈਂ ਯਾਦ ਕਰਦੀ ਹਾਂ ਮੈਨੂੰ ਖੁਦ ਨੂੰ ਸ਼ੇਮ ਮਹਿਸੂਸ ਹੁੰਦੀ ਹੈ ਸ਼ਰਮ ਮਹਿਸੂਸ ਹੁੰਦੀ ਹੈ ਸੋ ਇਸ ਤਰੀਕੇ ਦੇ ਦੋਸ਼ ਬਰਾਟ ਸਾਬ 1993 ਦੇ ਲੱਗੇ ਹੋਏ ਦੋਸ਼ ਜਦੋਂ ਇਹ ਕੁੜੀ 25 ਸਾਲਾਂ ਦੀ ਸੀਗੀ ਹੁਣ ਇਹਦੀ ਉਮਰ 56 ਸਾਲ ਹੈ ਐਗਜ਼ੈਕਟ 31 ਸਾਲਾਂ ਬਾਅਦ ਇਹ ਦੋਸ਼ ਇਹਨੇ ਡੋਨਲਡ 트ੰਪ ਹਰਾਂਦੇ ਉੱਤੇ ਲਾਏ ਆ ਜੀ ਦੇਖੋ ਜੀ ਇਹ ਦੋਸ਼ ਵੈਸੇ ਲੋਕ ਸੁਣ ਕੇ ਤਾਂ ਕਹਿਣਗੇ ਵੀ ਭਈ ਇੰਨੇ ਸਾਲ ਹੋયા ਕੀ ਸੀਗਾ ਤੇ ਹੁਣ ਇੱਕੋ ਦਮ ਕਿਵੇਂ ਯਾਦ ਆ ਗਈ ਵੀ ਭਈ ਇਹ ਗੱਲ ਬਾਤ ਕਰਨੀ ਆ ਤੇ ਉਹ ਵੀ ਇਲੈਕਸ਼ਨਾਂ ਦੇ ਨੇੜੇ ਕਰਨੀ ਆ 트ੰਪ ਸਾਹਿਬ ਵੀ ਵੈਸੇ ਤਾਂ ਹੁਣ ਤਾਂ ਇੰਨੇ ਬਜ਼ੁਰਗ ਹੋ ਚੁੱਕੇ ਹਨ ਉਹਨਾਂ ਨੂੰ ਵੀ ਸੁਣ ਕੇ ਬਿਸ਼ਰਮੀ ਆਊਗੀ ਤੇ ਇਹਨਾਂ ਨੂੰ ਵੀ ਗੱਲ ਕਰਦੇ ਬਿਸ਼ਰਮੀ ਜੀ ਆਊਗੀ ਤਾਂ ਇਦਾਂ ਤਾਂ ਭਾਈ ਫਿਰ ਕੋਈ ਵੀ ਕੋਈ ਕਿਸੇ ਨੂੰ ਕਹਿ ਸਕਦਾ ਮੇਰੇ ਨਾਲ ਇਹ ਹੋ ਗਿਆ ਸੀ ਫਲਾਨਾ ਹੋ ਗਿਆ ਸੀ ਕੋਈ ਸਬੂਤ ਵੀ ਹੋਣੇ ਚਾਹੀਦੇ ਚਾਰ ਬਿਲਕੁਲ ਵਟਸਐਪ ਹੁਣ ਜੇ ਮੰਨ ਲਓ ਇਹ ਪੁਲਿਸ ਦੀ ਹੈਲਪ ਲੈਂਦੀ ਹੈ ਜਾਂ ਫਿਰ ਮੰਨ ਲਓ ਕਿਸੇ ਕੋਰਟ ਤੱਕ ਵੀ ਚਲੀ ਜਾਂਦੀ ਹੈ ਤਾਂ ਕੋਰਟ ਕਿਵੇਂ ਪ੍ਰੂਵ ਕਰੂਗਾ ਕਿਉਂਕਿ 31 ਸਾਲ ਪੁਰਾਣੀ ਖਬਰ ਹੈਗੀ ਹੈ ਹੁਣ ਸਭ ਤੋਂ ਪਹਿਲਾਂ ਤਾਂ ਜੇ ਇਹੋ ਜਿਹਾ ਮਾਮਲਾ ਵੈਸੇ ਮੈਨੂੰ ਕੋਈ ਉਮੀਦ ਤਾਂ ਨਹੀਂ ਕੋਰਟ ਜਾਊਗਾ ਪਰ ਸਭ ਤੋਂ ਪਹਿਲਾ ਸਵਾਲ ਤਾਂ ਕੋਰਟ ਦੇ ਵਿੱਚ ਉਹਨੂੰ ਹੋਊਗਾ ਨਾ ਕਿ ਇਹੋ ਜਿਹਾ ਕੀ ਵਾਪਰਿਆ ਕਿ ਭਾਈ ਤੂੰ 31 ਸਾਲਾਂ ਤੱਕ ਸਾਇਲੈਂਟ ਰਹੀ ਹੈ ਤੇ ਸਡਨਲੀ ਤੈਨੂੰ ਯਾਦ ਆ ਗਿਆ ਉਹ ਵੀ ਉਦੋਂ ਜਦੋਂ ਉਹ ਬੰਦਾ ਇੱਕ ਇਲੈਕਸ਼ਨ ਲੜ ਰਿਹਾ ਤੇ ਇੰਪੋਰਟੈਂਟ ਇਲੈਕਸ਼ਨ ਲੜ ਰਿਹਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਡੋਨਲਡ ਟਰੰਪ ਹੋਰਾਂ ਦੀ ਟੀਮ ਨੇ ਕਲੀਰੀਫਿਕੇਸ਼ਨ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਇਹ ਬੇਬੁਨਿਆਦ ਝੂਠੇ ਦੋਸ਼ ਹੈਗੇ ਆ ਉਹਨਾਂ ਕਿਹਾ ਕਿ ਇਸ ਇਸ ਲੇਡੀ ਦਾ ਕੋਈ ਕਸੂਰ ਨਹੀਂਗਾ ਜਿਹੜੇ ਗਰੁੱਪ ਦੇ ਨਾਲ ਸਬੰਧਤ ਹੈ ਕਿਉਂਕਿ ਕਮਲਾ ਹੈਰਸ ਨੂੰ ਸਪੋਰਟ ਕਰਦਾ ਗਰੁੱਪ ਉਹ ਕਹਿੰਦੇ ਕਿ ਇਹਦਾ ਕੋਈ ਕਸੂਰ ਨਹੀਂ ਇਹਨੂੰ ਸਕ੍ਰਿਪਟ ਦਿੱਤੀ ਗਈ ਹੈ ਕਮਲਾ ਹੈਰਸ ਹੋਰੀ ਜਾਣ ਬੁੱਝ ਕੇ ਇਹੋ ਜੇ ਦੋਸ਼ ਘਟ ਘਟ ਕੇ ਲਾ ਰਿਹਾ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਫਾਇਦਾ ਲਿਆ ਜਾਵੇ